ਸੰਗਤ ਜੀ ਆਏ ਤਾਂ ਸੀਗੇ ਵੀਲਚੇਅਰ ਔਰ ਮੈਡੀਸਿਨ ਵੰਡਣ, ਬਟ ਨਾਲ ਨਾਲ ਕਈ ਸੇਵਾਵਾਂ ਲੋਕ ਲਗਾਤਾਰ ਬੋਲੀ ਜਾਂਦੇ ਨੇ ਹੁੰਦੀਆਂ ਜ਼ਰੂਰੀ। ਇਹ ਭਾਈ ਸਾਹਿਬ ਦੀ ਬੇਟੀ ਸੀਗੀ ਜਿਹਨਾਂ ਨੂੰ ਵੀਲਚੇਅਰ ਦਿੱਤੀ ਆ ਹੁਣੇ, ਅਤੇ ਇਹ ਕਿੱਥੋਂ ਆਏ ਨੇ? ਹੁਸ਼ਿਆਰਪੁਰ ਤੋਂ। ਕੱਲ੍ਹ ਦੁਪਹਿਰ ਤੱਕ ਤੁਹਾਡੀ ਵੀਲਚੇਅਰ ਹੋ ਜਾਏਗੀ, ਠੀਕ ਹੈ। ਦਵਾਈਆਂ ਦੀ ਸੇਵਾ ਲਗਾਤਾਰ ਚੱਲ ਰਹੀਆਂ ਨੇ ਲੰਗਰ ਦੇ ਨਾਲ ਨਾਲ, ਲੇਕਿਨ ਜਦ ਆਉਂਦੇ ਹਾਂ ਤਾਂ ਵੀਲਚੇਅਰ ਸੀਗੀ ਭਾਈ ਸਾਹਿਬ ਦੀ, ਹੁਸ਼ਿਆਰਪੁਰ ਤੋਂ ਬੱਚਾ ਆਇਆ, ਉਹਦੀ ਵੀਲਚੇਅਰ ਹੈ। ਤੁਸੀਂ ਕਿੱਥੋਂ ਆਏ ਹੋ, ਕਹਾਂ ਸੇ ਆਏ ਹੋ? ਹਿਮਾਚਲ। ਹਿਮਾਚਲ ਸੇ ਆਏ ਹੋ, ਇਨਕੀ ਵੀਲਚੇਅਰ ਹੈ। ਦੋ ਵੀਲਚੇਅਰ ਹੈ, ਕੱਲ੍ਹ ਦੁਪਹਿਰ ਤੱਕ ਔਰ ਦੇਣੀ ਹੈ। ਇਸ ਤਰ੍ਹਾਂ ਸੇਵਾਵਾਂ ਇਹ ਲਗਾਤਾਰ ਅੱਗੇ ਵੱਧ ਰਹੀਆਂ। ਕਿਆ ਨਾਮ ਹੈ ਤੁਹਾਡਾ? ਅਮਿਤ। ਪਹਿਲਾਂ ਤੁਹਾਨੂੰ ਵੀਲਚੇਅਰ ਵੀ ਗਈ ਸੀ? ਹਾਂਜੀ। ਪਹਿਲਾਂ ਵੀਲਚੇਅਰ ਸੀਗੀ, ਹੁਣ ਵਾਕਰ? ਹਾਂਜੀ। ਹਾਂ ਹਾਂਜੀ। ਅਤੇ ਤੁਸੀਂ ਆਪ ਕਿਉਂ ਨਹੀਂ ਲੈ ਪਾਏ? ਪੈਸੇ ਦੀ ਇਸ਼ੂ ਹੈ, ਇਕੱਲੇ ਇੱਥੇ ਇਲਾਜ ਕਰਵਾ ਰਹੇ ਹੋ? ਇਲਾਜ ਵੀ ਇਕੱਲਾ ਕਰਵਾ ਰਹੇ ਹੋ? ਹਾਂ। ਪਹਿਲਾਂ ਵੀਲਚੇਅਰ ਦੀ ਸੇਵਾ ਰਹੀ ਅਤੇ ਹੁਣ ਆ ਵਾਲੀ ਵਾਕਰ ਦੀ, ਹੈ ਨਾ। ਇਹ ਇਹ ਵੀਲਚੇਅਰ ਵਾਕਰ ਦਾ ਕਿਆ ਕਰੋਗੇ? ਵਾਕਰ ਦੇ ਨਾਲ ਬਈ ਵੀ ਥੋੜ੍ਹਾ ਬਹੁਤਾ ਡਾਕਟਰ ਨੇ ਕਿਹਾ ਵੀ ਚੱਲਿਆ ਕਰ। ਅੱਛਾ ਹਾਂਜੀ। ਬਾਕੀ ਜਿਹੜਾ ਤੁਹਾਨੂੰ ਪਤਾ ਤੇ ਰੋਟੀ ਖਾਣ ਜਾਣਾ ਹੁੰਦਾ ਬਾਹਰ, ਹਾਂ, ਨਾਣ ਧੋਣ ਨਹੀਂ ਜਾਣਾ ਹੁੰਦਾ, ਦੂਰ ਜਾਣਾ ਪੈਂਦਾ ਨਾ। ਅੱਛਾ ਹੁੰਦਾ, ਤਾਂ ਕਰਕੇ ਇਹ ਬਹੁਤ ਜ਼ਰੂਰੀ ਚੀਜ਼ ਤੁਹਾਡੇ ਲਈ, ਹੈ ਨਾ। ਹਾਂਜੀ, ਇਹ ਜ਼ਰੂਰੀ ਹੈ। ਪਾਰਕ ਦੇ ਵਿੱਚ ਜਿੱਥੇ ਰਹੀ ਤਾਂ ਥੋੜ੍ਹਾ ਬਹੁਤਾ ਘੁੰਮ ਕੇ ਦੇਣਾ, ਓਕੇ, ਹੌਲੀ ਹੌਲੀ ਚੱਲੂੰਗਾ ਨਾ, ਫਿਰ ਬਾਅਦ 'ਚ ਵੀਲਚੇਅਰ ਫਰੀ। ਸੰਗਤ ਜੀ ਆਹ ਸੇਵਾ ਨਾਲ ਨਾਲ ਚੱਲਦੀਆਂ ਸਾਰੀਆਂ,